ਮਾਤਾ ਗੁਜਰ ਕੌਰ ਉੱਪਰ ਖੜ੍ਹੀ ਸੀਗੀ ਜੀ। ਸੂਬਾ ਦੌੜਿਆ ਦੌੜਿਆ ਆਇਆ, 140 ਫੁੱਟ ਦੀ ਉਚਾਈ ਤੋਂ ਸੂਬੇ ਨੇ ਧੱਕਾ ਮਾਰਿਆ ਮਾਤਾ ਗੁਜਰ ਕੌਰ ਨੂੰ। 82 ਸਾਲ ਦੀ ਉਮਰ ਹੈ ਜੀ, 140 ਫੁੱਟ ਕਿੰਨਾ ਉੱਚਾ ਹੋ ਜਾਣਾ। 140 ਫੁੱਟ ਦੀ ਉਚਾਈ ਤੋਂ ਧੱਕਾ ਮਾਰ ਕੇ ਮਾਤਾ ਗੁਜਰ ਕੌਰ ਨੂੰ ਥੱਲੇ ਗੇਰ ਕੇ ਇਹਨੇ ਸ਼ਹੀਦ ਕਰਤਾ ਜੀ। ਇੱਥੇ ਬਾਬਾ ਟੋਡਰ ਮੱਲ ਬੈਠਾ ਸੀਗਾ ਜੀ, ਸਾਰਾ ਕੁਝ ਦੇਖ ਰਿਹਾ ਸੀ ਕੀ ਹੋ ਰਿਹਾ। ਲਾਸ਼ਾਂ ਇਕੱਠੀਆਂ ਕਰਕੇ ਤਿੰਨਾਂ ਦੀਆਂ, ਦੋਨੇ ਸਾਹਿਬਜ਼ਾਦੇ ਦੀਆਂ ਅਤੇ ਮਾਤਾ ਗੁਜਰ ਕੌਰ ਦੀਆਂ, ਗੁਰਦੁਆਰਾ ਸਾਹਿਬ ਆ ਪਿੱਛੇ ਭਵਾਨਗੜ੍ਹ, ਉੱਥੇ ਰੱਖਤੀਆਂ ਜੀ। ਟੋਡਰ ਮੱਲ ਘਰ ਆਇਆ, ਰੋਜ਼ ਆਪਣੀ ਘਰ ਵਾਲੇ ਨੂੰ ਦੱਸਦਾ ਸੀਗਾ ਕਿ ਆਹ ਹੋਇਆ ਆਹ ਹੋਇਆ, ਅੱਜ ਨਹੀਂ ਬੋਲਿਆ। ਘਰ ਵਾਲੇ ਕਹਿੰਦੇ ਕੀ ਹੋਇਆ, ਕਹਿੰਦਾ ਸ਼ਹੀਦ ਕਰਤੇ। ਕਹਿੰਦੇ ਫਿਰ ਆਉਂਦਾ ਘਰ ਤੇ, ਜੇ ਸ਼ਹੀਦ ਹੋ ਗਏ ਤਾਂ ਚੜ੍ਹਦੀ ਕਲਾ ਵਾਲੀ ਗੱਲ ਹੈ। ਉਹ ਕਹਿੰਦਾ ਰੋਣਾ ਇਸ ਗੱਲ ਦਾ ਕਿ ਉਹਨਾਂ ਦੀਆਂ ਦੇਹਾਂ ਦਾ ਕਿਸੇ ਨੇ ਹਾਲੇ ਤੱਕ ਸੰਸਕਾਰ ਨਹੀਂ ਕੀਤਾ ਜੀ। 28 ਤਰੀਕ ਨੂੰ ਸ਼ਹੀਦੀ ਹੋ ਗਈ ਹੈ ਜੀ, 13 ਪੋਹ ਨੂੰ। ਉਹ ਕਹਿੰਦੀ ਫਿਰ ਤੁਸੀਂ ਕਰੋ। ਕਹਿੰਦਾ ਮੈਂ ਬੜਾ ਜ਼ੋਰ ਲਾਇਆ, ਕਹਿੰਦਾ ਪੈਸਾ ਮੰਗਦਾ ਹੈ, ਮੋਹਰਾ ਮੰਗਦਾ। ਕਹਿੰਦੀ ਦੇ ਦਿਓ ਫਿਰ। ਕਹਿੰਦਾ ਮੋਹਰਾ ਦੇਣ ਨੂੰ ਵੀ ਤਿਆਰ ਹੈ। ਉਹ ਕਹਿੰਦਾ ਵੀ ਛਾ ਕੇ ਨਹੀਂ ਲੈਣੀ ਆ, ਖੜੀਆਂ ਕਰਕੇ ਲੈਣੀ ਹੈ। ਉਹ ਕਹਿੰਦੀ ਕੋਈ ਗੱਲ ਨਹੀਂ, ਜੋ ਵਿੱਚ ਵਿਕਦਾ ਆ ਉਹ ਵੇਚ ਦਿਓ, ਔਰ ਸਾਹਿਬਜ਼ਾਦੇ ਦਾ ਸੰਸਕਾਰ ਦੀ ਸੇਵਾ ਆਪਾਂ ਕਰਨੀ ਹੈ। ਇਹਨੇ ਆਪਣੀ ਕੋਠੀ ਦਾਹ ਤੱਕ ਲਾਤੀ ਜੀ ਬੰਦੇ ਨੇ, ਟੋਡਰ ਮੱਲ ਨੇ। ਸੂਬੇ ਤੋਂ ਫਿਰ ਜੋਤੀ ਸਰੂਪ ਦੀ ਪਾਵਨ ਧਰਤੀ ਨੂੰ ਖਰੀਦਿਆ ਗਿਆ ਅਤੇ ਦੇਹਾਂ ਨੂੰ ਅਗਲੇ ਦਿਨ ਸੰਗਤ ਜੀ 28 ਤਰੀਕ ਨੂੰ ਤਾਂ ਚਲੋ ਹੋ ਗਿਆ ਨਾ, ਸਾਰਾ ਦਿਨ ਲਿਖਤਾਂ ਪੜ੍ਹੀ ਹੋਏਗੀ, ਜੋ ਵੀ ਉੱਥੇ ਕਾਗਜ਼ ਪੱਤਰ ਤਿਆਰ ਹੋਣੇ ਸੀਗੇ। 29 ਤਰੀਕ ਨੂੰ 14 ਪੋਹ ਨੂੰ ਸਾਹਿਬਜ਼ਾਦਿਆਂ ਦਾ ਸੰਸਕਾਰ ਕੌਣ ਕੌਣ ਕਰਨ ਜਾਂਦਾ, ਟੋਡਰ ਮੱਲ ਦੇ, ਟੋਡਰ ਮੱਲ ਦੀ ਘਰ ਵਾਲੀ ਜੀ, ਮੋਤੀ ਰਾਮ ਮਹਿਰਾ, ਇਹਨਾਂ ਦਾ ਪਰਿਵਾਰ ਹੈ ਸਾਰੇ, ਇੱਕ ਨਗਰ ਕੀਰਤਨ ਕਰਦੇ ਆ ਜੀ ਫਤਿਹਗੜ੍ਹ ਸਾਹਿਬ ਤੋਂ ਜੋਤੀ ਸਰੂਪ ਤੱਕ ਦਾ। ਉਹ ਇਸੇ ਗੱਲ ਦਾ ਪ੍ਰਤੀਕ ਹੁੰਦਾ ਕਿ ਸਾਹਿਬਜ਼ਾਦਿਆਂ ਦੀਆਂ ਪਾਵਨ ਪਵਿੱਤਰ ਦੇਹਾਂ ਜਾ ਰਹੀਆਂ ਆ। ਮਾਤਾ ਗੁਜਰ ਕੌਰ ਨੂੰ ਗੱਡੇ 'ਚ ਪਾਇਆ ਗਿਆ ਅਤੇ ਬਾਬਾ ਫਤਿਹ ਸਿੰਘ ਨੂੰ ਮੋਤੀ ਰਾਮ ਮਹਿਰੇ ਦੀ ਘਰ ਵਾਲੀ ਨੇ ਇੱਦਾਂ ਚੁੱਕਿਆ ਹੋਇਆ ਸੀਗਾ ਜੀ, ਬੱਚਾ ਸੁੱਤਾ ਹੁੰਦਾ, ਇੱਦਾਂ ਲੈ ਕੇ ਗਏ ਸੀਗੇ ਜੀ। ਅਤੇ ਅਸੀਂ ਸਾਡੀ ਕੌਮ ਜਿਹਨੂੰ ਸਿਰਮੌਰ ਮੰਨਦੇ ਹਾਂ ਜੀ, ਅਸੀਂ ਕਿੱਥੇ ਖੜ ਗਏ ਹਾਂ। 29 ਤਰੀਕ ਨੂੰ ਸਾਹਿਬਜ਼ਾਦਿਆਂ ਦਾ ਸੰਸਕਾਰ ਵਾਲਾ ਦਿਨ ਚੇਤੇ ਕਰੀਏ ਕਿ ਗੁਰੂ ਗੋਬਿੰਦ ਸਿੰਘ ਮਾਲਕ ਜੀ ਦਾ ਪ੍ਰਕਾਸ਼ ਦਿਹਾੜਾ ਮਨਾਈਏ। ਕਿੱਡੀ ਸ਼ਰਮ ਦੀ ਗੱਲ ਹੈ ਸਾਡੇ ਲਈ। ਇੱਕ ਪਾਸੇ ਸੰਸਕਾਰ ਹੋ ਰਿਹਾ ਬੱਚਿਆਂ ਦਾ ਅਤੇ ਦੂਜੇ ਪਾਸੇ ਆਹ ਜਿਹੜੇ ਦਿਨ ਚੱਲਦੇ ਆ ਨਾ ਜੀ, ਕਈ ਗੁਰਦੁਆਰਿਆਂ ਦੇ ਵਿੱਚ ਪ੍ਰਭਾਤ ਫੇਰੀਆਂ ਵੀ ਨਿਕਲਦੀਆਂ ਹੈ ਕਿ 29 ਤਰੀਕ ਨੂੰ ਅਸੀਂ ਪ੍ਰਕਾਸ਼ ਦਿਹਾੜਾ ਮਨਾਉਣਾ ਆ। ਬਹੁਤ ਥਾਵਾਂ 'ਤੇ ਚਲੋ ਕਿਸੇ ਨੇ ਫੈਸਲਾ ਲੈ ਲਿਆ ਚੰਗਾ ਕਿ ਨਹੀਂ ਅਸੀਂ ਇਹ ਦਿਨ ਨੂੰ ਨਹੀਂ ਮਨਾ ਸਕਦੇ, ਪਰ ਕਈ ਹਲੇ ਵੀ ਲਕੀਰ ਦੇ ਫਕੀਰ ਬਣ ਕੇ ਸਾਹਿਬਜ਼ਾਦਿਆਂ ਦੀ ਸੰਸਕਾਰ ਵਾਲੇ ਦਿਨ ਗੁਰੂ ਗੋਬਿੰਦ ਸਿੰਘ ਮਾਲਕ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣਗੇ, ਉਹ ਕਿਹੜੇ ਮੂੰਹ ਨਾਲ ਮਨਾਉਣਗੇ। ਮੋਤੀ ਰਾਮ ਮਹਿਰੇ ਨੂੰ ਸਜ਼ਾ ਮਿਲੀ ਜੀ ਦੁੱਧ ਪਿਲਾਉਣ ਦੀ। ਆਪਨੇ ਕੱਲ੍ਹ ਸੁਣ ਲਿਆ ਸੀਗਾ ਕਿ ਕੋਹਲੂ 'ਚ ਪੀੜਤਾ ਸਾਰਾ ਪਰਿਵਾਰ ਮੋਤੀ ਰਾਮ ਮਹਿਰੇ ਦਾ, ਸਿਰਫ ਇਹ ਗੱਲ ਦੀ ਸਜ਼ਾ ਕਿ ਤੂੰ ਦੁੱਧ ਪਿਲਾਇਆ। ਮਾਲਕ ਜੀ ਮਾਛੀਵਾੜੇ ਤੋਂ ਆਲਮਗੀਰ, ਆਲਮਗੀਰ ਤੋਂ ਰਾਏ ਕੱਲੇ ਦੀ ਧਰਤੀ 'ਤੇ ਪਹੁੰਚ ਕੇ ਰਾਏਕੋਟ ਦੀ ਧਰਤੀ, ਰਾਏ ਕੱਲੇ ਦੇ ਨੌਕਰ ਨੂਰੇ ਨੂੰ ਭੇਜਦੇ ਆ ਕਿ ਖਬਰ ਤਾਂ ਲੈ ਕੇ ਆ। ਨੂਰਾ ਖਬਰ ਲੈ ਕੇ ਆਇਆ ਜੀ, ਸਤਿਗੁਰੂ ਜੀ ਦੇ ਕੋਲ ਆ ਕੇ ਬੈਠ ਗਿਆ। ਇਹਨੇ ਆਪਣੇ ਹੱਥਾਂ ਦੇ ਉੱਤੇ ਨਾ ਮੂੰਹ ਦੇ ਉੱਤੇ ਹੱਥ ਰੱਖ ਲਿਆ, ਰੋਣ ਲੱਗ ਪਿਆ।
ਸਤਿਗੁਰ ਜੀ ਉੱਠ ਕੇ ਇਹਦੇ ਕੋਲ ਆਇਆ, ਕਹਿੰਦੇ ਨੂਰਿਆ ਰੂਪ ਰੂਪ ਸਹਿ। ਪਹਿਲਾਂ ਨੂਰੇ ਨੇ ਦੱਸਿਆ, ਕਹਿੰਦਾ ਸਤਿਗੁਰ ਸੂਬੇ ਨੇ ਬੱਚਿਆਂ ਨੂੰ ਕੰਧਾਂ 'ਚ ਪੀੜ ਦਿੱਤਾ, ਉਸ ਪਾਪੀ ਨੇ ਤੇਰੇ ਹੀਰਿਆਂ ਨੂੰ ਕੰਧਾਂ 'ਚ ਨਪੀੜ ਦਿੱਤਾ। ਸਤਿਗੁਰ ਨੂੰ ਆ ਕੇ ਇਹਨੇ ਸੁਨੇਹਾ ਦਿੱਤਾ ਕਿ ਸਤਿਗੁਰ ਤੇਰੇ ਛੋਟੇ ਬੱਚੇ ਵੀ ਸ਼ਹੀਦ ਕਰਦੇ। ਅਤੇ ਗੁਰੂ ਗੋਬਿੰਦ ਸਿੰਘ ਮਾਲਕ ਨੇ ਕਿਹਾ ਸੀਗਾ, ਕਹਿੰਦੇ ਤੂੰ ਰੂਪ ਰੂਪ ਸਹਿ, ਕੋਈ ਗੱਲ ਨਾ ਲੁਕੋਈ, ਸੱਚ ਸੱਚ ਦੱਸੀ, ਕੋਈ ਕਹਿ ਨਾ ਕਮਾਈ, ਤੇਸੀ ਨਾਲ ਸੱਟ ਜਦੋਂ ਵੱਜੀ ਸੀ ਕਰਾਰੀ, ਮੇਰੇ ਫਤਿਹ ਸਿੰਘ ਨੇ ਉੱਚੀ ਕੋਈ ਚੀਕ ਤਾਂ ਨਹੀਂ ਮਾਰੀ, ਜਦੋਂ ਚੱਪੜੀਆਂ ਕੱਢੀਆਂ ਹੋਣੀਆਂ ਮੇਰੇ ਬੱਚੇ ਦੀਆਂ, ਮੇਰੇ ਫਤਿਹ ਸਿੰਘ ਨੇ ਕੋਈ ਚੀਕ ਤਾਂ ਨਹੀਂ ਮਾਰੀ ਸੀਗੀ। ਕਹਿੰਦੇ ਇਹ ਵੀ ਕਹਿਣ ਦਾ ਉਹਦਾ ਅੰਦਾਜ਼ ਵੱਖਰਾ ਸੀ, ਜੋ ਕਲਗੀਧਰ ਨੇ ਵਜਾਇਆ ਉਹ ਸਾਧ ਵੱਖਰਾ ਸੀ। ਜੋਗੀ ਸਾਹਿਬ ਕਹਿੰਦੇ ਇਤਨੇ ਵੇ ਬਸ ਹੋਈ ਥੋੜ੍ਹੀ ਦੇਰ ਸੀ, ਬਸਤੀ ਹੋਈ ਸਰੰਦ ਈਟੋ ਕਾ ਢੇਰ ਤੀ। ਕਿਉਂਕਿ ਬੰਦਾ ਸਿੰਘ ਬਹਾਦਰ ਮਾਲਕ ਨੇ ਤੋਰਨਾ ਆ, ਅਤੇ ਬੰਦਾ ਸਿੰਘ ਬਹਾਦਰ ਨੇ ਤੁਰਨ ਤੋਂ ਪਹਿਲਾਂ ਗੱਲ ਕਹੀ ਸੀ, ਕਹਿੰਦਾ ਬਾਪੂ ਤੇਰੀ ਕੱਚੀ ਚਮਕੌਰ ਦੀ ਗੜੀ ਅੱਗੇ ਅਸੀਂ ਦਿੱਲੀ ਦਾ ਕਿਲਾ ਝੁਕਾ ਦੇਵਾਂਗੇ। ਕਹਿੰਦਾ ਕਰੀ ਨਾ ਝੋਰਾ ਅਨੰਦਪੁਰ ਦਾ, ਕੁੱਲੀ ਕੁੱਲੀ ਨੂੰ ਕਿਲੇ ਬਣਾ ਦੇਵਾਂਗੇ। ਕਹਿੰਦੇ ਅਸੀਂ ਉੱਠਾਂਗੇ ਮਾਛੂਵਾੜੇ ਦੇ ਵਿੱਚੋਂ ਚੰਡੀ ਦੀ ਵਾਰ ਬਣ ਕੇ, ਜਿਹੜੇ ਕੰਢਿਆਂ ਨੇ ਤੈਨੂੰ ਨਾ ਸੌਣ ਦਿੱਤਾ, ਕਹਿੰਦੇ ਛਾਂਗ ਦਿਆਂਗੇ ਖੰਡੇ ਦੀ ਧਾਰ ਬਣ ਕੇ। ਉਸੇ ਸਰੰਦ ਦੇ ਆ ਤੇ ਫਿਰ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਟ ਨਾਲ ਇੱਟ ਖੜਕਾ ਕੇ ਸਾਹਿਬਜ਼ਾਦਿਆਂ ਦੀ ਜਿਹੜਾ ਸੀਗਾ ਸ਼ਹੀਦੀ ਦਾ ਬਦਲਾ ਲਿੱਤਾ ਚੱਪੜ ਚਿੜੀ ਦੇ ਇਲਾਕੇ 'ਚ। ਇੱਥੇ ਫਿਰ ਵਜੀਦੇ ਨੂੰ ਵੀ ਮਾਰਿਆ, ਸੁੱਚਾ ਨੰਦ ਨੂੰ ਵੀ ਮਾਰਿਆ, ਗੰਗੂ ਦਾ ਆਪੇ ਨਾਸ਼ ਹੋ ਗਿਆ। ਗੰਗੂ ਦਾ ਨਾਸ਼ ਪਤਾ ਕਿੱਦਾਂ ਹੋ ਗਿਆ? ਉਹਨੂੰ ਪੁੱਛਿਆ ਕਿ ਜਿਹੜੀ ਥੈਲੀ ਤੂੰ ਮਾਤਾ ਤੋਂ ਲਿੱਤੀ ਉਹ ਕਿੱਥੇ ਹੈ? ਇਹ ਕਹਿੰਦਾ ਨਦੀ ਦੇ ਕੰਢੇ ਗਈ ਰੱਖੀ ਸੀਗੀ, ਉਹ ਨਦੀ 'ਚ ਪਾਣੀ ਆ ਗਿਆ, ਉਹ ਪੈਸਾ ਰੋੜ ਲੈ ਗਈ ਸਾਰਾ ਹੀ। ਇਹ ਭੁੱਲ ਗਿਆ, ਕਹਿੰਦਾ ਇੱਥੇ ਆ, ਇੱਥੇ ਆ, ਇੱਥੇ ਆ, ਇੱਥੇ ਆ। ਜਿੰਨੀ ਵਾਰੀ ਭੁੱਲਿਆ ਉੱਨੀ ਵਾਰੀ ਹਾਕਮਾਂ ਨੇ ਇਹਨੂੰ ਕੁੱਟਿਆ, ਕੁੱਟ ਕੇ ਇਹਦਾ ਦਿਮਾਗ ਖਰਾਬ ਹੋ ਗਿਆ, ਪਾਗਲ ਹੋ ਗਿਆ। ਪਾਗਲ ਹੋ ਕੇ ਗੰਗੂ ਗਲੀਆਂ 'ਚ ਭਟਕਦਾ ਭਟਕਦਾ ਮਰਿਆ ਸੀਗਾ, ਇਹ ਗੰਗੂ ਦਾ ਅੰਤ ਸੀਗਾ। ਸੋ ਗੁਰੂ ਮਾਲਕ ਨੇ ਕਿਰਪਾ ਕੀਤੀ ਸੰਗਤ ਜੀ, ਲਗਾਤਾਰ 10 ਦਿਨ ਸਾਂਝ ਫੇਰੀਆਂ ਦੇ ਸਮਾਗਮ ਚੱਲੇ ਜੀ, ਆਪ ਸੰਗਤ ਨੇ ਬੜਾ ਪਿਆਰ ਦਿੱਤਾ ਜੀ।